ਸਤਿ ਸ਼੍ਰੀ ਅਕਾਲ ਦੋਸਤੋ, ਆਪ ਜੀ ਦਾ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਾਡੇ ਯੂਟਿਊਬ ਚੈਨਲ ਸੇਵਕਾਂ ਨੂੰ ਫਤਿਹ ਜੀ। ਮੈਂ ਤੁਹਾਡਾ ਦੋਸਤ ਗੁਰਸੇਵਕ ਸਿੰਘ ਗੱਲ ਕਰ ਰਿਹਾ। ਤਾਂ ਪਿਆਰੇ ਦੋਸਤੋ, ਅੱਜ ਦੀ ਜਿਹੜੀ ਮੈਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਜੀ, ਇਹ ਹੈਗੀ ਹੈ ਹਰਿਆਣਾ ਕਲਰਕ ਦੇ ਵਿੱਚ ਜੋ ਵਕੈਂਸੀਆਂ ਨਿਕਲੀਆਂ ਨੇ, ਤਾਂ ਇਹ ਵਕੈਂਸੀਆਂ ਜੀ ਹਰਿਆਣਾ ਕਲਰਕ ਦੀ ਕੌਣ ਕੌਣ ਅਪਲਾਈ ਕਰ ਸਕਦਾ, ਕੀ ਪੂਰਾ ਪ੍ਰੋਸੈਸ ਆ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ, ਕੀ ਲਾਸਟ ਡੇਟ ਆ, ਕਿਸ ਤਰ੍ਹਾਂ ਨੂੰ ਅਪਲਾਈ ਕਰਨਾ। ਤਾਂ ਵੀਡੀਓ ਨੂੰ ਅਖੀਰ ਤੱਕ ਦੇਖੋ, ਲਾਈਕ ਐਂਡ ਸ਼ੇਅਰ ਵੱਧ ਤੋਂ ਵੱਧ ਕਰ ਦਿਓ। ਅਤੇ ਦੋਸਤੋ, ਨਾਲ ਹੀ ਜੋ ਮੇਰੇ ਫਸਟ ਟਾਈਮ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਉਹਨਾਂ ਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜੋ ਵੀ ਹੈ ਨੇ ਜੁੜੇ ਹੋਏ ਦੋਸਤੋ, ਉਹਨਾਂ ਤੱਕ ਇਹ ਮੈਸੇਜ ਪਹੁੰਚ ਸਕੇ, ਉਹ ਚੀਜ਼ ਦਾ ਬੈਨੀਫਿਟ ਲੈ ਸਕਣ। ਤਾਂ ਚੱਲਦੇ ਹਾਂ ਜੀ, ਆਪਾਂ ਜੋ ਪੋਸਟ ਲਈ ਆ ਹਰਿਆਣਾ ਕਲਰਕਾਂ ਦੀ, ਉਹਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਹਰਿਆਣਾ ਕਲਰਕ ਆਨਲਾਈਨ ਜੋ ਪੋਸਟ ਚੱਲ ਰਹੀ ਹੈਗੀ, ਜੋ ਡਿਪਾਰਟਮੈਂਟ ਹੈ ਜੀ ਸਟਾਫ ਸਿਲੈਕਸ਼ਨ ਕਮਿਸ਼ਨ ਦਾ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ, ਇਸਦੀ ਲਾਸਟ ਡੇਟ ਹੈ ਜੋ 30 ਜੁਲਾਈ ਆ। ਤਾਂ ਜਿਨ੍ਹਾਂ ਨੇ ਅਜੇ ਤੱਕ ਨਹੀਂ ਅਪਲਾਈ ਕੀਤਾ ਕਲਰਕ ਦੀ ਵੈਕੈਂਸੀ ਲਈ, ਉਹਨਾਂ ਦਾ ਟਾਈਮ ਹੈਗਾ ਗਾ 30 ਜੁਲਾਈ ਤੱਕ ਆਪਣੇ ਕਿ ਫਾਰਮ ਸਬਮਿਟ ਕਰ ਦੇਣ ਆਨਲਾਈਨ। ਤਾਂ ਹੁਣ ਆਪਾਂ ਗੱਲ ਕਰਾਂਗੇ ਜੋ ਜੋਬ ਲੋਕੇਸ਼ਨ ਜਿਹੜੀ ਆ ਉਹ ਹਰਿਆਣੇ ਦੇ ਵਿੱਚ ਹੀ ਹੋਊਗੀ। ਤਾਂ ਜਿਸਦੀ ਏਜ ਦੀ ਮੈਂ ਗੱਲ ਕਰਾਂ 17 ਤੋਂ 42, ਮਿਨੀਮਮ 17 ਈਅਰ ਵਾਲਾ ਕੈਂਡੀਡੇਟ ਅਪਲਾਈ ਕਰ ਸਕਦਾ ਗਾ, ਤਾਂ ਮੈਕਸੀਮਮ 42 ਈਅਰ ਤੱਕ ਹੋਣੀ ਚਾਹੀਦੀ ਹੈਗੀ। ਨੰਬਰ ਆਫ ਪੋਸਟ ਦੀ ਗੱਲ ਕੀਤੀ, 4858 ਟੋਟਲ ਵੈਕੈਂਸੀਆਂ ਨੇ, ਤਾਂ ਜੋ ਕਾਫੀ ਵੱਡੀ ਪੱਧਰ 'ਤੇ ਇੱਕ ਵੈਕੈਂਸੀਆਂ ਨੇ, ਜਿਸ ਚੀਜ਼ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਹੁਣ ਗੱਲ ਆ ਜਾਂਦੀ ਜੀ ਅੱਗੇ ਫੀਸ, ਤਾਂ ਅਸੀਂ ਦੇਖ ਸਕਦੇ ਹੋ ਜਰਨਲ ਮੇਲ ਅਦਰ ਸਟੇਟ। ਤਾਂ ਜੇਕਰ ਆਪਾਂ ਅਦਰ ਸਟੇਟ ਲਈ ਅਪਲਾਈ ਕਰ ਰਹੇ ਹਾਂਗੇ, ਤਾਂ ਮੇਲ ਫੀਮੇਲ ਲਈ ਇੱਥੇ 100 ਰੁਪਏ ਆਪਾਂ ਨੂੰ ਫੀਸ ਆ ਜਿਹੜੀ ਉਹ ਪੇ ਕਰਨੀ ਪਊਗੀ ਆਨਲਾਈਨ, ਬਾਏ ਤੁਸੀਂ ਚਲਾਨ ਵੀ ਭਰ ਸਕਦੇ ਹੋ ਆਨਲਾਈਨ, ਨੈੱਟ ਬੈਂਕਿੰਗ ਜਾਂ ਡੈਬਿਟ ਕਾਰਡ ਤੋਂ ਵੀ ਕਟਵਾ ਸਕਦੇ ਹੋਗੇ। ਤਾਂ ਇੱਦਾਂ ਹੀ ਜੋ ਜਰਨਲ ਫੀਮੇਲ ਨੇ ਹਰਿਆਣਾ ਲਈ, ਤਾਂ ਉਹਨਾਂ ਲਈ ਜੋ ਫੀਸ ਫੀਮੇਲ ਰਹਿਣੀ ਹੈ 50 ਰੁਪਏ, ਐੱਸ ਸੀ ਲਈ ਜੋ ਰੱਖੀ ਗਈ ਹੈਗੀ 25 ਰੁਪਏ ਜੀ, ਅਤੇ ਐੱਸ ਸੀ ਜੋ ਬੀ ਸੀ ਹਰਿਆਣਾ ਦੇ ਨੇ, ਯਾਨੀ ਕਿ ਇਹ ਤੁਸੀਂ ਦੇ ਸਕਦੇ ਹੋਗੇ, ਅਲੱਗ ਅਲੱਗ ਕੈਟਾਗਰੀ ਵੀ ਡਿਵਾਈਡ ਕੀਤੇ ਗਏ ਨੇ, ਅਤੇ ਉਹਨਾਂ ਦੀ 13 ਰੁਪਏ ਫੀਮੇਲ ਲਈ ਆ, 25 ਰੁਪਏ ਯਾਨੀ ਕਿ ਹਰਿਆਣਾ ਮੇਲ ਲਈ, ਫੀਮੇਲ ਲਈ 13 ਰੁਪਏ। ਤੋ ਜੋ ਹੈਂਡੀਕੈਪਟ ਨੇ ਫਿਜੀਕਲ ਐਕਸਰਸਮੈਨ, ਉਹਨਾਂ ਲਈ ਕੋਈ ਫੀਸ ਨਹੀਂ ਰੱਖੀ ਗਈ, ਜੋ ਤੁਸੀਂ ਮੈਂ ਦੱਸਿਆ ਹੈਗਾ ਇੱਕ ਡੈਬਿਟ ਕਾਰਡ ਜਾਂ ਕ੍ਰੈਡਿਟ ਨੈੱਟਵਰਕਿੰਗ ਦੇ ਥਰੂ ਆਨਲਾਈਨ ਪੇਮੈਂਟ ਕਟਵਾ ਸਕਦੇ ਹੋਗੇ। ਤਾਂ ਜੋਬ ਲੋਕੇਸ਼ਨ ਹਰਿਆਣਾ 'ਚ ਰਹਿਣੀ ਹੈ ਕਿ ਏਜ ਵੀ ਤੁਸੀਂ ਦੇਖ ਲਏ। ਤਾਂ ਹੁਣ ਇਹ ਕੈਟਾਗਰੀ ਵੀ ਡਿਵਾਈਡ ਕੀਤੀਆਂ ਕਿੰਨੀਆਂ ਪੋਸਟਾਂ, ਜਰਨਲ ਲਈ ਕਿੰਨੀਆਂ ਨੇ, ਬੀ ਸੀ ਲਈ ਕਿੰਨੀਆਂ ਨੇ, ਬੀ ਸੀ ਏ ਕੈਟਾਗਰੀ ਬਾਰੇ ਤੁਸੀਂ ਦੇ ਸਕਦੇ ਹੋਗੇ। ਪੇ ਸਕੇਲ ਇਹਨਾਂ ਨੇ ਇੱਥੇ ਦੱਸੋ ਕੋਈ ਦੱਸਿਆ ਨਹੀਂ ਗਿਆ, ਇਹਨਾਂ ਦੇ ਰੂਲਸ ਦੇ ਅਕੋਰਡਿੰਗ ਹੋਣਾ ਕਿੰਨਾ ਇਹਨਾਂ ਨੂੰ ਮਿਲਣਾ ਗਾ। ਤਾਂ ਹੁਣ ਗੱਲ ਕਰਾਂਗੇ ਐਜੂਕੇਸ਼ਨ ਕੀ ਚਾਹੀਦੀ ਹੈਗੀ। ਤਾਂ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ, ਤੁਹਾਡੀ ਇੱਥੇ ਕੈਂਡੀਡੇਟ ਵੀ ਪਲੱਸ ਟੂ ਪਾਸ ਤੁਹਾਡਾ ਹੋਣਾ ਚਾਹੀਦਾ, ਇੰਟਰਮੀਡੀਟ ਕੋਰਸ ਯਾਨੀ ਕਿ ਫਸਟ ਡਿਵੀਜ਼ਨ ਮਾਰਕਸ, ਯਾਨੀ ਕਿ ਤੁਹਾਡਾ ਕੋਲ ਪਲੱਸ ਟੂ ਪਾਸ ਹੋਵੇ। ਤਾਂ ਇਸ ਦੇ ਨਾਲ ਕਿ ਤੁਹਾਡੇ ਕੋਲ ਕਿ ਮੈਟ੍ਰਿਕ ਦੇ ਵਿੱਚ ਜੋ ਕੋਈ ਹਿੰਦੀ ਆ ਉਹ ਹੋਣਾ ਪਾਸ ਬਹੁਤ ਹੀ ਜ਼ਰੂਰੀ ਆ, ਉਹ ਹੋਣਾ ਚਾਹੀਦਾ, ਠੀਕ ਹੈ, ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਤਾਂ ਹੁਣ ਇਹਦੀ ਲਾਸਟ ਡੇਟ 30 ਜੁਲਾਈ ਰਹਿਣੀ ਆ। ਤਾਂ ਅਪਲਾਈ ਕਰਨ ਦੇ ਲਈ ਜੋ ਡਾਕੂਮੈਂਟ ਆਪਣੇ ਮੈਂਡੇਟਰੀ ਨੇ ਉਹ ਹੈਗਾ ਕਿ ਤੁਹਾਡਾ ਫੋਟੋਗ੍ਰਾਫ, ਜੋ ਲੇਟੈਸਟ ਫੋਟੋਗ੍ਰਾਫ ਹੋਣਾ ਚਾਹੀਦਾ ਹੈਗਾ, ਇੱਕ ਸਿਗਨੇਚਰ, ਅਤੇ 10th ਪਲੱਸ ਟੂ ਦੇ ਜੋ ਸਰਟੀਫਿਕੇਟ ਹੈ ਜੀ ਉਹ ਚਾਹੀਦਾ ਹੈਗਾ, ਜੋ ਸਕੈਨ ਹੋ ਕੇ ਲੱਗੂਗਾ ਆਨਲਾਈਨ ਵੇਲੇ। ਤਾਂ ਹੁਣ ਇਹਦੀ ਗੱਲ ਕਰਾਂਗੇ ਸਿਲੈਕਸ਼ਨ ਕੀ ਇੱਦਾਂ ਹੋਣੀ ਹੈ, ਕੀ ਪੜਾ ਨੇ ਜਿਹਦੇ ਵਿੱਚ ਆਪਾਂ ਨੂੰ ਅਪਲਾਈ ਕਰਨ ਤੋਂ ਬਾਅਦ ਜੋ ਨੈਕਸਟ ਪ੍ਰੋਸੈਸ ਹੈਗਾ, ਠੀਕ ਹੈ, ਕੀ ਹੋਣਾ ਐਡਮਿਟ ਕਾਰਡ ਦਾ, ਉਹਦੇ ਵਿੱਚ ਜੋ ਤਾਂ ਇਹਨਾਂ ਦਾ ਇਗਜ਼ਾਮ ਹੀ ਹੋਣਾ ਫਾਈਨਲੀ, ਉਹ ਇਗਜ਼ਾਮ ਕੀ ਹੋਣਾ, ਕੰਪਿਊਟਰ ਬੇਸਡ ਵੀ ਹੋ ਸਕਦਾ ਹੈਗਾ, ਉਹ MR ਬੇਸਡ ਟੈਸਟ ਵੀ ਹੋ ਸਕਦਾ ਹੈਗਾ, ਯਾਨੀ ਕਿ ਲਿਖਤੀ ਵੀ ਹੋ ਸਕਦਾ ਜਾਂ ਕੰਪਿਊਟਰ, ਉਹ ਕੀ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੂਗਾ। ਤਾਂ ਹੁਣ ਆਪਣੇ ਕੋਲ ਜੋ ਸਮਾਂ, ਜੇ ਆਪਾਂ ਸਮਾਂ ਨਾ ਗਵਾਈਏ ਆਪਾਂ ਆਨਲਾਈਨ ਅਪਲਾਈ ਕਰੀਏ, ਤਾਂ ਤੁਸੀਂ ਸਿੱਧਾ ਜਾ ਕੇ ਜੀ ਆਨਲਾਈਨ ਅਪਲਾਈ ਕਰ ਲੈਣਾ ਹੈਗਾ, ਠੀਕ ਹੈ, ਇਸਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਨੀਚੇ ਪ੍ਰੋਵਾਈਡ ਕਰ ਦੂੰਗਾ। ਤਾਂ ਦੋਸਤੋ, ਜੇਕਰ ਤੁਸੀਂ ਸਾਡੀ ਸ਼ੋਪ 'ਤੇ ਵਿਜ਼ਿਟ ਕਰਕੇ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਸੇਵਕ ਫੋਟੋ ਸਟੇਟ ਬੋਹਾ ਜੀ, ਤਾਂ ਇੱਥੇ ਵੀ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋਗੇ, ਤੁਹਾਡਾ ਜੀ ਆਇਆਂ ਨੂੰ, ਤਾਂ ਇੱਥੇ ਰਜਿਸਟ੍ਰੇਸ਼ਨ 'ਤੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹੋ। ਤਾਂ ਆਈ ਹੋਪ ਤੁਹਾਨੂੰ ਕਾਫੀ ਵੀਡੀਓ ਪਸੰਦ ਆਏਗੀ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਦੋਸਤੋ ਨਾਲ ਹੀ ਸ਼ੇਅਰ ਕਰ ਦਿਓ, ਤਾਂ ਕਿ ਹੋਰਾਂ ਤੁਹਾਡੇ ਫਰੈਂਡਸ ਸਰਕਲ ਸਕੇ। ਤਾਂ ਦੋਸਤੋ, ਤੁਹਾਡੇ ਚੈਨਲ 'ਤੇ ਬਹੁਤ ਸਾਰੀਆਂ ਵੀਡੀਓ ਨੇ ਜੋ ਤੁਹਾਡੇ ਲਈ ਕਾਫੀ ਯੂਜ਼ਫੁਲ ਹੋਣਗੀਆਂ, ਤਾਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋਗੇ, ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤਾਂ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਧੰਨਵਾਦ ਜੀ, ਤਾਂ ਸਾਡੇ ਨਾਲ ਜੁੜੇ ਰਹੋ। ਤਾਂ ਮਿਲਦੇ ਦੋਸਤੋ ਨੈਕਸਟ ਵੀਡੀਓ ਦਾ, ਗੁੱਡ ਬਾਏ, ਜੈ ਹਿੰਦ।